पंजाब दे विच एटीएम लुटन दीआं वारदातां हुण आम जिहीआं हो गईआं ने। मिंटां दे विच एटीएम लुट के लुटेरे रफू चक्कर हो जांदे ने, पर एक खबर हुण इस तरह दी सामने आई है जिथे लुटेरे रफू चक्कर तां जरूर होए ने पर अपनी लुट नूं पूरा करके नहीं सगो लुट नूं विच विचाले छड्ड के। कारण बनिया है सुरक्षा कर्मी दी बहादुरी। इस मौके ते श्री आनंदपुर साहिब दे नजदीक पिंड ढेर दी एक खबर सामने आ रही है जिथे सवेर करीब 4 बजे 3 लुटेरे पहुंचदे ने, एटीएम नूं लुटन दी कोशिश कीती जांदी है। इस मौके ते गड्डी दे नाल शटर नूं खिच के तोड़ दिता जांदा है अते अगे रॉड दे नाल एटीएम दे अगे जो शीशा लग्या हुंदा है उस नूं वी भन दिता जांदा है। पर एक खड़का सुन के उथे एकदम सुरक्षा कर्मी पहुंच जांदा है अते लुटेरियां दे नाल हथों पाई होण लगदी है। सुरक्षा कर्मी वजो उथे तैनात नौजवान दी बहादुरी दे चलदियां इह लुटेरे अपनी लुट दे विच नाकाम रहिंदे ने, क्योंकि नौजवान वल्लों एकदम जानकारी फोन दे राही अगे वी दे दित्ती जांदी है अते लोक उथे पहुंचणे शुरू हो जांदे ने, जिस दे चलदियां लुटेरियां वल्लों स्थिति नूं भापदे होए 2 मिंटां दे विच ही अपने काम नूं विच विचाले छड्ड के भज्जना पैंदा है। इस सारी वारदात दे दौरान सुरक्षा कर्मी अते लुटेरियां दे विचकार हुई हथोपाई दे कारण सुरक्षा कर्मी नूं कुछ सट्टां भी लगियां ने, पर सुरक्षा कर्मी दी बहादुरी दी दात सारिआं वल्लों दित्ती जा रही है जिस दे कारण इह लुट नाकाम रही है। वारदात 4 बजे तों 10 मिंट पहलां दी वारदात है। ਜਿਹੜਾ ਮੁੰਡਾ ਆਪਾਂ ਇੱਥੇ ਚੌਕੀਦਾਰ ਰੱਖਿਆ ਇਹਦੇ ਦੱਸਣ ਦੇ ਅਨੁਸਾਰ ਉਹ ਆਏ, ਆ ਕੇ ਇਹਨਾਂ ਨੇ ਟੋਚਨ ਪਾ ਕੇ ਪੱਟਣ ਦੀ ਕੋਸ਼ਿਸ਼ ਕੀਤੀ ਹੈ ਜੀ ਛੱਡਣ ਨੂੰ। ਜਦੋਂ ਇਹਨੇ ਆਵਾਜ਼ ਮਾਰੀ ਕੌਣ ਹੈ ਅਤੇ ਉਹ ਬੋਲੇ ਨਹੀਂ, ਮੂੰਹ ਢੱਕੇ ਹੋਏ ਸੀਗੇ ਅਤੇ ਮੁੜ ਕੇ ਜਦੋਂ ਥੋੜ੍ਹਾ ਛੱਡਰ ਪੱਟਿਆ ਗਿਆ, ਇਸ ਮੁੰਡੇ ਦੀ ਇੰਨੀ ਬਹਾਦਰੀ ਹੈ ਕਿ ਇਹਨੇ ਜਿਹੜਾ ਦਰਵਾਜ਼ਾ ਅੰਦਰੋਂ ਭਰਿਆ ਹੋਇਆ ਸੀ ਥੋੜ੍ਹਾ ਛੱਡਰ ਪੱਟ ਕੇ ਉਹਨੇ ਜਿਹੜੇ ਝੱਪਰ ਦੇ ਨਾਲ ਸ਼ੀਸ਼ਾ ਤੋੜਿਆ। ਇੱਕ ਝੱਪਲ ਮੁੰਡੇ ਦੇ ਇਹਦੇ ਪੇਟ ਦੇ ਵਿੱਚ ਲੱਗੀ ਹੋਈ, ਕੁਝ ਮਾਰੀ ਬਾਹਾਂ ਦੇ ਵੀ ਇਹਦੇ ਸੱਟਾਂ ਆਈਆਂ। ਇਸ ਨਾਲ ਤੁਰੰਤ ਹੀ ਸਾਡੇ ਜਿਹੜਾ ਮੁੰਡਾ ਸਫਾਈ ਕਰਮਚਾਰੀ ਦਲੇਰ ਸਿੰਘ ਇਹਨੂੰ ਫੋਨ ਕੀਤਾ। ਦਲੇਰ ਸਿੰਘ ਦੇ ਘਰੋਂ ਮੈਨੂੰ ਫੋਨ ਆਇਆ। 4:05 ਪੰਜ ਸੱਤ ਮਿੰਟ 'ਤੇ ਅਸੀਂ ਇੱਥੇ ਪਹੁੰਚ ਗਏ। ਸਾਡੇ ਆਉਣ ਤੋਂ 2 ਮਿੰਟ ਪਹਿਲਾਂ ਜਿਹੜੇ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਸ਼ਰਾਰਤੀ ਅਨਸਰ ਉਹ ਫਰਾਰ ਹੋ ਗਏ। ਉਸ ਤੋਂ ਬਾਅਦ ਅਸੀਂ ਆ ਕੇ ਹੈੱਡ ਕੈਸ਼ੀਅਰ ਨੂੰ ਫੋਨ ਕੀਤਾ। ਸਾਡੇ ਹੈੱਡ ਕੈਸ਼ੀਅਰ ਹਰਵਿੰਦਰ ਜੀ ਉਹ ਵੀ ਮੌਕੇ 'ਤੇ ਪਹੁੰਚ ਗਏ ਅਤੇ ਉਸ ਤੋਂ ਬਾਅਦ ਆਉਂਦੇ ਮੈਂ ਪਹਿਲਾਂ ਪੁਲਿਸ ਨੂੰ ਇਤਲਾਹ ਦਿੱਤੀ, ਪੁਲਿਸ ਵੀ ਮੌਕੇ 'ਤੇ ਪਹੁੰਚ ਗਈ ਅਤੇ ਬਾਕੀ ਅਗਲੀ ਕਾਰਵਾਈ ਜਿਹੜੀ ਪੁਲਿਸ ਕਰ ਰਹੀ ਹੈ। ਸ਼੍ਰੀ ਆਨੰਦਪੁਰ ਸਾਹਿਬ ਦੇ SHO ਵੱਲੋਂ ਵੀ ਇਸ ਘਟਨਾ ਦੇ ਬਾਬਤ ਜਾਣਕਾਰੀ ਦਿੱਤੀ ਗਈ ਹੈ। ਉਨ੍ਹਾਂ ਵੱਲੋਂ ਆਖਿਆ ਗਿਆ ਹੈ ਕਿ CCTV ਫੁਟੇਜ ਨੂੰ ਖੰਗਾਲਿਆ ਜਾ ਰਿਹਾ ਹੈ। ਵਰੀਜ਼ਾ ਗੱਡੀ ਸੀ ਅਤੇ 3 ਲੁਟੇਰੇ ਸਨ, ਇਹ ਜਾਣਕਾਰੀ ਹੁਣ ਤੱਕ ਸਾਹਮਣੇ ਆਈ ਹੈ ਅਤੇ ਅੱਗੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਸਵੇਰੇ ਸਾਡੇ ਕੋਲ ਤਕਰੀਬਨ 4:15 ਟੈਲੀਫੋਨ ਵੀ ਤੇ ਮੌਕੇ ਇਮੀਡੀਏਟਲੀ ਮੌਕੇ ਦੀ ਪੋਸਟਮਾਰਟਮ ਹੋ ਗਈ ਅਤੇ ਉੱਥੇ ਵੈਰੀਫਾਈ ਕੀਤਾ ਅਤੇ CCTV ਫੁਟੇਜ ਨਾਲ ਵੈਰੀਫਾਈ ਕੀਤਾ। ਉਹਦੇ ਵਰੀਜ਼ਾ ਗੱਡੀ ਦੇ ਵਿੱਚ 3 ਬੰਦੇ ਜਿਨ੍ਹਾਂ ਨੇ ਬੂਟ ਅੱਗੇ ਹੋਏ ਸੀ ਉਹ ਆਏ ਸੀ, ਜਿਨ੍ਹਾਂ ਨੇ ਗੱਡੀ ਦੀ ਮਦਦ ਨਾਲ ਸ਼ਟਰ ਪੱਟਣ ਦੀ ਕੋਸ਼ਿਸ਼ ਕੀਤੀ ਹੈ। ਪਰ ਜਿਹੜਾ ਸਕਿਉਰਟੀ ਗਾਰਡ ਸੀ ਉਹਨੇ ਬਹੁਤ ਵਧੀਆ ਤਰੀਕੇ ਨਾਲ ਕੰਮ ਕਰਦੇ ਹੋਏ ਉਸਨੂੰ ਦੇਖਦੇ ਉਹਨੇ ਫੋਰਸ ਕੀਤਾ ਨਾ ਅਤੇ 1 ਜਾਂ 2 ਮਿੰਟ ਦੇ ਵਿੱਚ ਹੀ ਉਹ ਵਾਪਸ ਗੱਡੀ ਲੈ ਕੇ ਆਪਣੇ ਚਲੇ ਗਏ ਅਤੇ ਕੋਈ ਮਤਲਬ ਇਸ ਦੌਰਾਨ ਕੋਈ ਇਹਦੇ ਚੋਟ ਵੀ ਆਈ ਜੀ? ਸਕਿਉਰਟੀ ਗਾਰਡ ਜਿਹੜੇ ATM ਸਕਿਉਰਟੀ ਗਾਰਡ ਆ ਉਹਦੇ ਹੱਥ ਤੇ ਚੋਟ ਲੱਗੀ ਹੈ ਤੇ ਉਸ ਨਾਲ ਉਹ ਗ੍ਰਿਫਤਾਰ ਹੋਇਆ। ਤੇ ਕੋਈ ਗੱਡੀ ਦਾ ਨੰਬਰ ਟ੍ਰੇਸ ਹੋਇਆ? ਗੱਡੀ ਦਾ ਅਸੀਂ ਫੋਟੇ ਸਾਰੀਆਂ ਚੈੱਕ ਕਰ ਰਹੇ ਹਾਂ। ਗੱਡੀ ਦਾ ਕੋਈ ਮਤਲਬ ਫੋਟੇ ਦੇ ਵਿੱਚ ਕੋਈ ਕਲੀਅਰ ਨੰਬਰ ਨਹੀਂ, ਮਤਲਬ ਵੀਜ਼ਾ ਗੱਡੀ ਆ ਬਾਈ। ਸੋ ਇਸ ਸੁਰੱਖਿਆ ਕਰਮੀ ਨੌਜਵਾਨ ਦੀ ਬਹਾਦਰੀ ਇੱਕ ਮਿਸਾਲ ਜ਼ਰੂਰ ਬਣੀ ਹੈ ਕਿ ਕਿਸ ਤਰ੍ਹਾਂ ਬਹਾਦਰੀ ਅਤੇ ਇਸ ਦੇ ਨਾਲ ਹੀ ਆਪਣੇ ਫੁਰਤੀਲੇਪਣ ਦੇ ਕਾਰਨ ਇਸ ਨੌਜਵਾਨ ਨੇ ਲੁਟੇਰਿਆਂ ਦੀ ਲੁੱਟ ਨੂੰ ਨਾਕਾਮ ਕਰ ਦਿੱਤਾ ਅਤੇ 2 ਮਿੰਟਾਂ ਦੇ ਵਿੱਚ ਹੀ ਉਹਨਾਂ ਲੁਟੇਰਿਆਂ ਨੂੰ ਰਫੂ ਚੱਕਰ ਹੋਣਾ ਪਿਆ।